ਸਤਿ ਸ਼੍ਰੀ ਅਕਾਲ ਜੀ ਫੈਕਟ ਨਿਊਜ਼ ਤੇ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਗਿੱਲ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਪੰਜਾਬ ਦੇ ਵਿੱਚ ਬਣੀ ਹੈ ਤਾਂ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਆਸ ਜਗਾਈ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਵਾਂਗੇ ਸੋ ਕਿਤਨਾ ਕਿਤੇ ਨਾਭਾ ਹਲਕਾ ਦੇ ਵਿਧਾਇਕ ਦੇਵਮਾਨ ਉਹ ਕਹਿੰਦੇ ਨੇ ਕਿ ਅਸੀਂ ਸਾਰੀਆਂ ਗੱਲਾਂ ਸੱਚ ਕਰਨੀਆਂ ਨੇ ਜੋ ਸਾਡੀ ਪਾਰਟੀ ਨੇ ਜਾਂ ਅਸੀਂ ਕਹੀਆਂ ਨੇ ਤਾਂ ਉਹਨਾਂ ਨੇ ਟੀਚਾ ਮਿੱਥਿਆ ਉਹਨਾਂ ਨੇ ਮੁਹਿੰਮ ਚਲਾਈ ਹੈ ਕਿ ਨਾਭਾ ਸ਼ਹਿਰ ਨੂੰ ਪੰਜਾਬ ਦਾ ਇੱਕ ਨੰਬਰ ਸ਼ਹਿਰ ਬਣਾਉਣਾ ਹੈ ਅਤੇ ਉਹਨਾਂ ਨੇ ਸ਼ਹਿਰ ਦੇ ਵਿੱਚ ਜਦੋਂ ਦੌਰਾ ਕੀਤਾ ਜਾਇਜ਼ਾ ਲਿਆ ਤਾਂ ਜਿਹੜੇ ਕੰਮ ਰੁਕੇ ਹੋਏ ਸੀ ਉਹ ਜਿਹੜੀਆਂ ਗੱਲਾਂ ਕਰਕੇ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਕਹਿੰਦੇ ਹੁਣ ਅਸੀਂ ਉਹ ਸਾਰੇ ਕੰਮ ਕਰਵਾ ਦੇਣੇ ਨੇ ਅਤੇ ਨਾਭਾ ਸ਼ਹਿਰ ਜਿਹੜਾ ਪੰਜਾਬ ਦਾ ਇੱਕ ਨੰਬਰ ਸ਼ਹਿਰ ਫਿਰ ਮੰਨਿਆ ਜਾਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਹੁਣ ਵਿਧਾਇਕ ਦੇਵਮਾਨ ਲੱਗੇ ਹੋਏ ਨੇ ਕੰਮਾਂ ਕਾਰਾਂ ਦੇ ਵਿੱਚ ਜਿਹੜੀਆਂ ਸੜਕਾਂ ਦੀ ਹਾਲਤ ਖਸਤਾ ਹੈ ਉਹ ਕਹਿੰਦੇ ਅਸੀਂ ਉਹ ਸੜਕਾਂ ਚੌੜੀਆਂ ਕਰ ਦੇਣੀਆਂ ਨੇ ਬਣਾ ਦੇਣੀਆਂ ਨੇ ਜਿਹੜੇ ਸੜਕਾਂ 'ਤੇ ਰੁੱਖ ਸੁੱਕੇ ਹੋਏ ਲੱਗੇ ਹੋਏ ਨੇ ਜਿਹੜੇ ਹਾਦਸਿਆਂ ਦਾ ਕਾਰਨ ਬਣਦੇ ਨੇ ਜਦੋਂ ਸੁੱਕਿਆ ਹੋਇਆ ਰੁੱਖ ਸੜਕ 'ਤੇ ਡਿੱਗ ਜਾਂਦਾ ਟ੍ਰੈਫਿਕ ਜਾਮ ਹੋ ਜਾਂਦੀ ਉਹ ਕਹਿੰਦੇ ਉਹ ਸਾਰੇ ਰੁੱਖ ਅਸੀਂ ਸਾਫ਼ ਕਰਵਾ ਦੇਣੇ ਨੇ ਗਿੱਲਾ ਅਤੇ ਸੁੱਕੇ ਕੂੜੇ ਦੇ ਲਈ ਪ੍ਰਬੰਧ ਕੀਤੇ ਜਾਣਗੇ ਸਾਫ਼ ਸਫਾਈ ਦਾ ਪੂਰਾ ਖਿਆਲ ਰੱਖਿਆ ਜਾਊਗਾ ਜਦੋਂ ਬਰਸਾਤ ਹੁੰਦੀ ਹੈ ਤਾਂ ਨਾਭਾ ਸ਼ਹਿਰ ਪਾਣੀ ਦੇ ਵਿੱਚ ਡੁੱਬ ਜਾਂਦਾ ਇੱਕ ਤਾਂ ਵੀਡੀਓ ਵੀ ਕਾਫ਼ੀ ਵਾਇਰਲ ਹੋਈ ਸੀ ਗਲੀਆਂ ਦੇ ਵਿੱਚ ਪਾਣੀ ਸੀ ਲੋਕ ਕਿਸ਼ਤੀਆਂ ਲੈ ਕੇ ਘੁੰਮ ਰਹੇ ਸੀ ਸਰਕਾਰ ਨੂੰ ਇਹ ਦਿਖਾ ਰਹੇ ਸੀ ਕਿ ਦੇਖ ਲਓ ਤੁਸੀਂ ਕੀ ਕੀਤਾ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਰਹੀ ਸੀ ਇਹ ਉਦੋਂ ਦਾ ਸਮਾਂ ਜਦੋਂ ਨਾਭਾ ਦੇ ਵਿੱਚ ਸਾਧੂ ਸਿੰਘ ਧਰਮਸੋਤ ਵਿਧਾਇਕ ਸੀ ਸੋ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵਮਾਨ ਉਹ ਕਹਿੰਦੇ ਨੇ ਕਿ ਅਸੀਂ ਜਿਹੜੀਆਂ ਸੀਵਰੇਜਾਂ ਨੇ ਉਹ ਸਾਫ਼ ਕਰਵਾ ਦੇਣੀਆਂ ਫਿਰ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਪਲਾਂਟ ਜਿਹੜੇ ਬੰਦ ਪਏ ਨੇ ਉਹ ਚਾਲੂ ਕਰਵਾ ਦੇਣੇ ਅਤੇ ਹੋਰ ਵੀ ਜਿਹੜੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਕੋਸ਼ਿਸ਼ਾਂ ਕਰੇਗੀ ਤਾਂ ਕਿਹੜੇ ਕਿਹੜੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਵਿਧਾਇਕ ਦੇਵਮਾਨ ਤੁਹਾਨੂੰ ਦਿਖਾ ਦਿੰਦੇ ਹਾਂ ਅਤੇ ਸੁਣੋ ਕੀ ਕੁਝ ਕਹਿੰਦੇ ਨੇ MLA ਅੱਜ ਨਾਭਾ ਸ਼ਹਿਰ ਦੇ ਵਿੱਚ ਵਿਜ਼ਿਟ ਕੀਤਾ ਗਿਆ ਜਿਹਦੇ ਵਿੱਚ SDM ਨਾਭਾ ਤਰਸੇਮ ਚੰਦ ਜੀ SDM ਬਿਲਕੁਲ ਦੋ ਤਿੰਨ ਦਿਨ ਪਹਿਲਾਂ ਹੀ ਇੱਥੇ ਲੱਗੇ ਨੇ ਜੀ ਔਰ ਇਹਨਾਂ ਨੂੰ ਬੜਾ ਸ਼ੌਕ ਹੈ ਇਸ ਚੀਜ਼ ਦਾ ਕਿ ਜੇ ਸ਼ਹਿਰ ਦੇ ਵਿੱਚ ਮੈਂ ਉੱਥੇ ਸਿਸਟਮ ਕਿਵੇਂ ਚੱਲ ਰਿਹਾ ਉਹਨੂੰ ਕਿਵੇਂ ਅੱਗੇ ਜਿਹੜਾ ਠੀਕ ਕੀਤਾ ਜਾ ਸਕਦਾ ਜੀ ਕੋਈ ਗੜਬੜ ਹੈ ਔਰ ਨਗਰ ਕੌਂਸਲ ਨਾਭਾ ਦੇ EO ਅਪਰੰਪਾਰ ਜੀ ਇਹ ਸਾਰੀ ਟੀਮ ਜਿਹੜੀ ਹੈ ਪੱਪੂ ਪੰਕਜ ਜੀ MC ਸਾਹਿਬਾਨ ਅਸੀਂ ਸਭ ਨੇ ਵਿਜ਼ਿਟ ਕੀਤਾ ਇੱਕ ਤਾਂ ਜਿਹੜੀ ਸਰਕੂਲਰ ਰੋਡ ਹੈ ਉਹਦੇ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਅਤੇ ਉਹਦੇ ਅਸੀਂ ਦੋਨੇ ਪਾਸੇ ਸਾਫ਼ ਸਫਾਈ ਕਰਕੇ ਜਿੱਥੇ ਕੋਈ ਨੀਮ ਆ ਉੱਥੇ ਮਿੱਟੀ ਪਾ ਕੇ ਪਰਤ ਪਾ ਕੇ ਕੋਈ ਲੋਕ ਪੈਲ ਲੱਗੇ ਤਾਂ ਕਿ ਟ੍ਰੈਫਿਕ ਜਿਹੜੀ ਹੈ ਉਹ ਹੋਰ ਉੱਥੋਂ ਸਮੂਥਲੀ ਚੱਲ ਸਕੇ ਉਹਦਾ ਪੂਰਾ ਮੁਆਇਨਾ ਕੀਤਾ ਜੀ ਔਰ ਉਸ ਤੋਂ ਬਾਅਦ ਅਸੀਂ ਜਿਹੜਾ ਇੱਥੋਂ ਦਾ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਜਿਹੜੀ ਨਵੀਂ ਸੜਕ ਬਣਨੀ ਹੈ ਜੀ ਪੱਥਰਾਂ ਵਾਲੀ ਸੜਕ ਉਹਦਾ ਮੁਆਇਨਾ ਕੀਤਾ ਔਰ ਫਿਰ STP ਜਿਹੜਾ ਜੀ ਪਾਣੀ ਸਾਫ਼ ਕਰਨ ਦਾ ਜਿਹੜਾ ਪਲਾਂਟ ਨਵਾਂ ਚੱਲ ਰਿਹਾ ਉਹਦਾ ਮੁਆਇਨਾ ਕੀਤਾ ਅਤੇ ਇਹਦੇ ਨਾਲ ਹੀ ਪਸ਼ੂ ਜਿਹੜੀ ਹੈ ਜੀ ਪਸ਼ੂ ਮਾਰਕੀਟ ਹੈ ਇੱਥੇ ਡੰਗਰਾਂ ਦੀ ਮੰਡੀ ਲੱਗਦੀ ਹੁੰਦੀ ਸੀ ਬਹੁਤ ਦੇਰ ਪਹਿਲਾਂ ਅਤੇ ਬਿਲਕੁਲ ਖਾਲੀ ਜਗ੍ਹਾ ਪਈ ਆ ਸਰਕਾਰੀ ਜਗ੍ਹਾ ਅਤੇ ਇਹਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਇਹਦੇ ਬਾਰੇ ਅਸੀਂ ਪੂਰਾ ਘੁੰਮ ਕੇ ਸਾਰੀ ਚਰਚਾ ਕੀਤੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਚਾਰੇ ਪਾਸੇ ਰੇਹੜੀਆਂ ਲੱਗੀਆਂ ਹੋਈਆਂ ਨੇ ਜਿਹਦੇ ਕਰਕੇ ਟ੍ਰੈਫਿਕ ਬਹੁਤ ਹੈ ਔਰ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਕਈਆਂ ਦੀ ਜਾਨ ਵੀ ਗਈ ਹੈ ਸੋ ਅੱਜ ਇਹ ਸਾਰਾ ਵਿਜ਼ਿਟ ਕਰਕੇ ਜਿਹੜਾ ਇੱਕ ਸ਼ਹਿਰ ਨੂੰ ਕਿਵੇਂ ਖੂਬਸੂਰਤ ਬਣਾਇਆ ਜਾ ਸਕਦਾ ਸ਼ਹਿਰ ਦੇ ਅਲੱਗ ਅਲੱਗ ਸਪੋਟ ਜਿਹੜੇ ਆ ਅਲੱਗ ਅਲੱਗ ਮੋੜ ਜਿਹੜੇ ਆ ਉਹਨੂੰ ਕਿਵੇਂ ਅੱਛੇ ਤਰੀਕੇ ਨਾਲ ਬਣਾਈਏ ਇਹ ਸਾਰੀਆਂ ਚੀਜ਼ ਦਾ ਮੁਆਇਨਾ ਅੱਜ ਅਸੀਂ ਕੀਤਾ ਔਰ ਮੈਂ ਉਮੀਦ ਕਰਦਾ ਕਿ ਸਾਡੇ SDM ਨਾਭਾ ਔਰ ਨਗਰ ਕੌਂਸਲ ਨਾਭਾ ਦੀ EO ਸਾਹਿਬ ਪ੍ਰਧਾਨ ਸਾਹਿਬ MC ਸਾਹਿਬਾਨ ਸਾਡੀ ਸਾਰੀ ਟੀਮ ਮਿਲ ਕੇ ਜਿਹੜੀ ਹੈ ਅਤੇ ਅਸੀਂ ਨਾਭੇ ਲਈ ਅੱਛਾ ਕੰਮ ਕਰਨ ਬਾਰੇ ਚੰਗੀ ਸੋਚ ਰੱਖਦੇ ਹਾਂ ਸ਼ੁਰੂਆਤ ਅਸੀਂ ਕਰਦੀ ਹੈ ਤੁਸੀਂ ਦੇਖੀ ਹੈ ਸਾਰਿਆਂ ਨੇ ਅਤੇ ਮਕਸਦ ਸਾਡਾ ਇਹ ਹੈ ਕਿ ਨਾਭਾ ਪੰਜਾਬ ਦੇ ਵਿੱਚੋਂ ਨੰਬਰ 1 ਸਮਾਰਟ ਸਿਟੀ ਤਾਂ ਬਣੇਗਾ ਜੇ ਆਪਾਂ ਸਾਰੇ ਸਹਿਯੋਗ ਕਰਾਂਗੇ ਔਰ ਆਪਣਾ ਜਿੰਨਾ ਵੀ ਸਿਸਟਮ ਆ ਸਾਰਾ ਆਪਣੇ ਕੋਲ ਇਹਨੂੰ ਮੈਨੇਜ ਕਰਨ ਦੀ ਜ਼ਰੂਰਤ ਹੈ ਆਪਣੇ ਕੋਲ ਜਗ੍ਹਾ ਦੀ ਘਾਟ ਨਹੀਂ ਹੈ ਜਗ੍ਹਾ ਬਹੁਤ ਹੈ ਇਹਨੂੰ ਮੈਨੇਜ ਕਰਕੇ ਸੜਕਾਂ ਖੁੱਲ੍ਹੀਆਂ ਕੀਤੀਆਂ ਜਾਣ ਔਰ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੱਲ ਕੀਤੀ ਜਾਵੇ ਅਵਾਰਾ ਪਸ਼ੂਆਂ ਦੀ ਸਮੱਸਿਆ ਸੁੱਕੇ ਦਰਖਤ ਖੜ੍ਹੇ ਨੇ ਅਸਦੀਪ ਸਾਹਿਬ ਅਸੀਂ ਕੈਂਟ ਰੋਡ ਤੋਂ ਲੰਘ ਕੇ ਆਏ ਹਾਂ ਉਹ ਵੀ ਨੋਟ ਕਰਾਇਆ ਕਿ ਸੁੱਕੇ ਦਰਖਤ ਖੜ੍ਹੇ ਨੇ ਜੀ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਔਰ ਬਾਕੀ ਹੋਰ ਜਿਹੜੇ ਅਲੱਗ ਅਲੱਗ ਡਿਪਾਰਟਮੈਂਟ ਨੇ ਅਤੇ ਚਾਹੇ ਉਹ ਸੀਵਰੇਜ ਡਿਪਾਰਟਮੈਂਟ ਹੈ ਚਾਹੇ ਉਹ ਡਰੇਨ ਡਿਪਾਰਟਮੈਂਟ ਹੈ ਚਾਹੇ ਉਹ ਜਿਹੜਾ ਜੀ ਇੰਪਰੂਵਮੈਂਟ ਟਰੱਸਟ ਹੈ ਚਾਹੇ ਉਹ ਜਿਹੜਾ ਵਣ ਵਿਭਾਗ ਆ ਜਿਹੜੇ ਵੀ ਸੰਬੰਧਿਤ ਨੇ ਸ਼ਹਿਰ ਦੇ ਨਾਲ ਸਾਰੇ ਚਾਹੇ ਉਹ ਬਿਜਲੀ ਵਿਭਾਗ ਆ ਜਿਵੇਂ ਕਈ ਜਗ੍ਹਾ 'ਤੇ ਜਿਹੜੀਆਂ ਤਾਰਾਂ ਨੇ ਉਹ ਬੜੀਆਂ ਮਿਸਮੈਨੇਜ ਨੇ ਕਈ ਜਗ੍ਹਾ 'ਤੇ ਕੇਬਲ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਸ਼ਹਿਰ ਸਾਰਾ ਉਲਝਾਇਆ ਪਿਆ ਜੀ ਸ਼ਹਿਰ 'ਚ ਕਿਤੇ ਵੀ ਅੱਗ ਲੱਗ ਜਾਵੇ ਤਾਂ ਉੱਥੇ ਅਗਰ ਫਾਇਰ ਬ੍ਰਿਗੇਡ ਦੀ ਕੋਈ ਗੱਡੀ ਜਾਏਗੀ ਤਾਂ ਤਾਰਾਂ ਟੁੱਟੀਆਂ ਨੇ ਔਰ ਟਾਈਮ ਵੀ ਲੱਗਦਾ ਅਤੇ ਇਸ ਕਰਕੇ ਉਹ ਵੀ ਸਾਰੀਆਂ ਮੈਨੇਜ ਕਰਨ ਵਾਸਤੇ ਕਹਿਣ ਦਾ ਭਾਵ ਇਹ ਹੈ ਸ਼ਹਿਰ ਨੂੰ ਸਾਫ਼ ਸੁਥਰਾ ਸ਼ਹਿਰ ਨੂੰ ਟ੍ਰੈਫਿਕ ਪੱਖੋਂ ਠੀਕ ਕਰਨਾ ਔਰ ਸ਼ਹਿਰ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਸਾਰੀਆਂ ਨੇ ਇਹਨਾਂ ਸਭ ਨੂੰ ਵਿਰੋਧਬੰਦ ਤਰੀਕੇ ਨਾਲ ਠੀਕ ਕਰਨਾ ਤਾਂ ਕਿ ਇੱਕ ਵੈਲ ਮੈਨੇਜ ਸ਼ਹਿਰ ਲੱਗੇ ਨਾ ਤਾਂ
ਤਾਂ ਕਿ ਅਸੀਂ ਉਸ ਕੈਟਾਗਰੀ ਦੇ ਵਿੱਚ ਆ ਸਕੀਏ ਜਿਹੜੀ ਕੈਟਾਗਰੀ ਦੇ ਤਹਿਤ ਨਾਭਾ ਜਿਹੜਾ ਨੰਬਰ 1 ਪੰਜਾਬ ਦਾ ਸਮਾਰਟ ਸਿਟੀ ਜਿਹੜਾ ਉਹ ਬਣ ਸਕੇ। ਪਿਛਲੇ ਹਫਤੇ ਚਾਰਜ ਸੰਭਾਲਿਆ ਹੈਗਾ, ਅੱਜ ਵਿਜ਼ਿਟ ਕੀਤਾ ਐਮਐਲਏ ਸਾਹਿਬ ਦੇ ਨਾਲ, ਈਓ ਸਾਹਿਬ ਸੀ, ਪ੍ਰਧਾਨ ਜੀ ਨੇ, ਐਂਡ ਕਾਫੀ ਸਾਰਾ ਗੱਲਾਂ ਜਿਹੜੀਆਂ ਹੈ ਮੈਨੂੰ ਪਤਾ ਲੱਗੀਆਂ ਹੈਗੀਆਂ ਵੀ ਇੱਥੇ ਕੰਮ ਕਰਨ ਦੀ ਜ਼ਰੂਰਤ ਹੈ। ਸਾਡੀ ਸਾਰੀ ਟੀਮ ਜਿਹੜੀ ਹੈਗੀ ਈਓ ਸਾਹਿਬ ਐਂਡ ਵੱਖ ਵੱਖ ਡਿਪਾਰਟਮੈਂਟ ਨੂੰ ਮੈਂ ਨਾਲ ਲੈ ਕੇ ਜਿਹੜਾ ਹੈ ਇਸ ਮਸਲੇ ਨੂੰ ਜਿਹੜੇ ਹੈਗੇ ਹੱਲ ਕਰਾਵਾਂਗਾ, ਐਂਡ ਕੋਸ਼ਿਸ਼ ਕਰਾਂਗਾ ਵੀ ਜਿਹੜਾ ਨਾਭਾ ਹੈ ਨਾ ਬਹੁਤ ਹੀ ਸੁੰਦਰ ਸ਼ਹਿਰ ਬਣੇ। ਅਸੀਂ ਐਮਐਲਏ ਸਾਹਿਬ ਨਾਲ, ਸਾਡੇ ਐਸਡੀਐਮ ਸਾਹਿਬ, ਪ੍ਰਧਾਨ ਜੀ ਅਤੇ ਸਾਰੇ ਐਮਸੀ ਸਾਹਿਬਾਨ, ਅਸੀਂ ਨਾਭਾ ਦਾ ਦੌਰਾ ਕੀਤਾ ਜੀ ਐਮਐਲਏ ਸਾਹਿਬ ਦੇ ਨਾਲ। ਅਸੀਂ ਐਸਟੀ 'ਤੇ ਵੀ ਗਏ ਜੀ, ਸਾਡਾ ਐਮਆਰਐਫ ਸੈੱਟ ਵੀ ਦੇਖਿਆ ਐਸਡੀਐਮ ਸਾਹਿਬ ਵੱਲੋਂ, ਅਤੇ ਅਸੀਂ ਪਸ਼ੂ ਮੰਡੀ ਵੀ ਆਏ। ਵੱਖ ਵੱਖ ਜਿਵੇਂ ਵੀ ਐਮਐਲਏ ਸਾਹਿਬ ਦਾ ਹੁਕਮ ਹੋਏਗਾ ਉਸ ਹਿਸਾਬ ਨਾਲ ਅਸੀਂ ਕੰਮ ਕਰਾਂਗੇ।